ਸਸ਼ੀ ਕਾਲ ਜੀ ਮੇਰਾ ਨਾਮ ਮਹਿਮਾ ਅਰੋੜਾ ਤੇ ਅੱਜ ਦੀਆਂ ਖਬਰਾਂ ਕੁਝ ਇਸ ਪ੍ਰਕਾਰ ਕੈਨੇਡਾ ਵਿੱਚ ਅਨਟਾਰੀਓ ਸੁਭਾਈ ਵਿਧਾਨ ਸਭਾ ਲਈ ਵੀਰਵਾਰ ਨੂੰ ਹੋਈਆਂ ਚੋਣਾਂ ਵਿੱਚ 6 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਸਾਰੇ ਜੇਤੂ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਹਨ ਜਿਸਜੋ 124 ਮੈਂਬਰੀ ਸੁਭਾਈ ਸੰਸਦ ਵਿੱਚੋਂ 83 ਸੀਟ ਜਿੱਤ ਕੇ ਆਪਣੀ ਬਹੁਮਤ برقرار ਰੱਖਿਆ ਹੈ ਜਿੱਤਣ ਵਾਲੇ 6 ਪੰਜਾਬੀਆਂ ਵਿੱਚੋਂ ਬ੍ਰੈਮਟਨ ਸਾਊਥ ਤੋਂ ਪ੍ਰਮੀਤ ਸਰਕਾਰੀਆ, ਮਿਲਟਨ ਤੋਂ ਪਰਮ ਗਿਲ, ਮਿਸਿਸ ਸਾਗਾ ਸਟ੍ਰੀਟਸਵਿਲ ਤੋਂ ਨੀਨਾ ਤਾਂਗੜੀ, ਬ੍ਰੈਮਟਨ ਵੈਸਟ ਤੋਂ ਅਮਰਜੋਤ ਸਿੱਧੂ, ਮਿਸਿਸ ਸਾਗਾ ਮਾਲਟਨ ਤੋਂ ਦੀਪਕ ਆਨੰਦ ਅਤੇ ਬ੍ਰੈਮਟਨ ਈਸਟ ਤੋਂ ਹਰਦੀਪ ਗਰੇਵਾਲ ਸ਼ਾਮਲ ਸਨ। ਇਸ ਦੇ ਨਾਲ ਕੈਨੇਡਾ ਦੇ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਦੇ ਛੋਟੇ ਭਰਾ ਗੁਰਰਤਨ ਸਿੰਘ ਟੋਰਾਂਟੋ ਚ ਆਪਣੇ ਪਰਿਵਾਰ ਦੀ ਰਵਾਇਤ ਬ੍ਰੈਮਟਨ ਈ ਸੀਟ ਤੋਂ ਚੋਣ ਹਾਰ ਗਏ ਹਨ ਗੁਰਰਤਨ ਦੇ ਪ੍ਰਚਾਰ ਲਈ 23 April ਨੂੰ ਜਗਮੀਤ ਸਿੰਘ ਨੇ ਇੱਕ ਮੁਹਿੰਮ ਵਿਚ ਲਾਈ ਸੀ ਅਤੇ ਚੋਣਾਂ ਵਾਲੇ ਦਿਨ ਉਸਦੇ ਲਈ ਪ੍ਰੋਮੋਸ਼ਨਲ ਵੀਡੀਓਜ਼ ਵੀ ਜਾਰੀ ਕੀਤੀਆਂ ਸਨ ਇਸ ਦੇ ਨਾਲ ਸਾਬਕਾ ਬ੍ਰੈਮਟਨ ਸੈਂਟਰ ਐਮਪੀਪੀ ਅਤੇ ਐਨਡੀਪੀ ਡੈਪੂਟੀ ਲੀਡਰ ਸਾਰਾ ਸਿੰਘ ਵੀ ਬ੍ਰੈਮਟਨ ਸੈਂਟਰ ਦੀ ਸੀਟ ਨੂੰ ਹਾਸਲ ਨਹੀਂ ਕਰ ਸਕੀ। ਅਤੇ ਅੰਤ ਵਿੱਚ ਵੀਐਨਐਨ ਕੈਨੇਡਾ ਵੱਲੋਂ ਸਾਰੇ ਪੰਜਾਬੀ ਕਮਿਊਨਿਟੀ ਦੇ ਜੇਤੂਆਂ ਨੂੰ ਲੱਖ ਲੱਖ ਵਧਾਈਆਂ ਅਤੇ ਮੁਬਾਰਕਬਾਦ। ਅਤੇ ਆਉਣ ਵਾਲੇ ਸਾਰੇ ਫੈਸਲੇ ਅਤੇ ਕੰਮ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ। ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜ਼ਿੰਮੇਦਾਰੀ ਲੈਣ ਮਗਰੋਂ ਪੰਜਾਬੀ ਗਾਇਕ ਮਨਕੀਰਤ ਔਲਖ ਵੀ ਚਰਚਾ ਵਿੱਚ ਆ ਗਏ ਹਨ। ਉਹਨਾਂ ਤੇ ਵਿਰੋਧੀਆਂ ਵੱਲੋਂ ਕਈ ਤਰ੍ਹਾਂ ਦੇ ਨਿਸ਼ਾਨੇ ਬੰਨੇ ਜਾ ਰਹੇ ਹਨ। ਸੋਸ਼ਲ ਮੀਡੀਆ ਤੇ ਬਿਸ਼ਨੋਏ ਦੇ ਔਲਖ ਦੀਆਂ ਤਸਵੀਰਾਂ ਪੋਸਟ ਕਰਕੇ ਦਾਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਖਾਸ ਦੋਸਤ ਸਨ ਹਾਲਾਂਕਿ ਔਲਖ ਦੀ ਕਾਲਜ ਦੀ ਦੋਸਤ ਵਕੀਲ ਸਿਮਰਨਜੀਤ ਕੌਰ ਗਿੱਲ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਉਹ ਲੋਕ ਪੁਰਾਣੇ ਜਾਣਕਾਰ ਸਨ ਅਤੇ ਮੰਨ ਕੇ ਰਤ ਨੂੰ ਕੀ ਪਤਾ ਸੀ ਕਿ ਲੋਰੈਂਸ ਅੱਗੇ ਜਾ ਕੇ ਗੈਂਗਸਟਰ ਬਣ ਜਾਏਗਾ ਹੁਣ ਔਲਖ ਨੇ ਵੀ ਇਸ ਮੁੱਦੇ ਤੇ ਚੁੱਪੀ ਤੋੜਦਿਆਂ ਅਤੇ ਲਾਈਵ ਹੋ ਕੇ ਸਿੱਧੂ ਮੂਸੇਵਾਲੇ ਤੇ ਕਤਲ ਤੇ ਦੁੱਖ ਪ੍ਰਗਟਾਉਂਦਿਆਂ ਹੋਏ ਕਿਹਾ ਕਿ ਜਵਾਨ ਪੁੱਤ ਦਾ ਮਾਪਿਆਂ ਤੋਂ ਵੱਖ ਹੋਣਾ ਬਹੁਤ ਹੀ ਦੁਖਦੀ ਗੱਲ ਹੈ ਪਰ ਮੇਰੇ ਬਾਰੇ ਗਲਤ ਗਰੀਕ ਕੇ ਨਾਲ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ ਨਾਲ ਹੀ ਇਹ ਵੀ ਕਿਹਾ ਕਿ ਮੇਰਾ ਕੋਈ ਮੈਨੇਜਰ ਇਸ ਕੇਸ ਵਿੱਚ ਇਨਵੋਲ ਨਹੀਂ ਸੀ ਮਨਕੀਰਤ ਨੇ ਕਿਹਾ ਕਿ ਮੇਰੇ ਖਿਲਾਫ ਬਹੁਤ ਖਬਰਾਂ छਪੀਆਂ ਪਰ ਮੈਂ ਕਦੇ ਕੋਈ ਜਵਾਬ ਨਹੀਂ ਦਿੰਦਾ ਪਰ ਅੱਜ ਮੇਰੇ ਤੋਂ ਜਵਾਬ ਦਿੱਤੇ ਬਿਨਾ ਨਹੀਂ ਰਿਹਾ ਗਿਆ ਲਾਰੈਂਸ ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਵੀ ਧਮਕੀ ਦਿੱਤੀ ਸੀ ਅਤੇ ਐਸ ਦਿਨ ਨਾਲ ਸੂਤਰਾਵਲੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲੇ ਨੇ ਇਲੈਕਸ਼ਨਸ ਜੁਆਇਨ ਕਰਨ ਦਾ ਫੈਸਲਾ ਆਪਣੀ ਜਾਨ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਲਿਆ ਸੀ ਤੇ ਉਸਦਾ ਇਹ ਸੋਚਣਾ ਸੀ ਕਿ ਵਿਧਾਇਕ ਬਣ ਕੇ ਉਸ ਨਾਲ ਹਮੇਸ਼ਾ ਸਿਕਿਉਰਿਟੀ ਰਹੇਗੀ ਅਤੇ ਉਸ ਦੀ ਜਾਨ ਬਚੀ ਰਹੇਗੀ। ਸਕਾਲੀਨਾ ਤਾਰਾ ਦੀ ਬਰਸੀ ਦੇ ਮੌਕੇ ਤੇ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੋਮ ਦੇ ਨਾਂ ਤੇ ਸੰਦੇਸ਼ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਧਾਰਮਿਕ ਤੌਰ ਤੇ ਮਜ਼ਬੂਤ ਹੋਣਾ ਪਏਗਾ ਉਹਨਾਂ ਨੇ ਕਿਹਾ ਕਿ ਇਸੇ ਕਮਰਿਆਂ ਵਿੱਚੋਂ ਬਾਹਰ ਨਿਕਲ ਕੇ ਪਰੰਪਰਾਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਦੀ ਜ਼ਰੂਰਤ ਹੈ ਕਿਉਂਕਿ 6 ਜੂਨ 1984 ਨੂੰ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨ ਸ੍ਰੀ ਹਰਮੰਦਰ ਸਾਹਿਬ ਦੇ ਅੱਜ ਦੇ ਦਿਨ ਹੋਏ ਹਮਲੇ ਨੂੰ ਲੈ ਕੇ ਲੋਕ ਅੱਜ ਵੀ ਕੰਬਦੇ ਹਨ ਇਸ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਇੱਕ ਵਾਰ ਫਿਰ ਮਾਡਰਨ ਹਥਿਆਰਾਂ ਦੀ ਗੱਲ ਦੁਹਰਾਈ ਜਥੇਦਾਰ ਸਾਹਿਬ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਇੱਕ ਸਿੱਖ ਨੂੰ ਗਤਕਾ ਅਤੇ ਸ਼ਸਤਰ ਵਿਦਿਆ ਹਾਸਲ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਉਹਨਾਂ ਨੇ ਸਾਰੇ ਲੋਕਾਂ ਨੂੰ ਸ਼ਸਤਰ ਵਿਦਿਆ ਹਾਸਲ ਕਰਨ ਦੀ ਅਪੀਲ ਕੀਤੀ ਅਤੇ ਉਹਨਾਂ ਨੇ ਸ਼ੂਟਿੰਗ ਰੇਂਜ ਬਣਾਉਣ ਦੀ ਵੀ ਅਪੀਲ ਕੀਤੀ ਅੱਜ ਦੇ ਲਈ ਬਸ ਇਨਾ ਹੀ ਤੁਸੀਂ ਵੇਖਦੇ ਰਹੋ ਆਵਾਜ਼ ਪੰਜਾਬੀ